ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਤੇ ਸਵਾਲ ਖੜੇ ਕਰਦੇ ਆ। ਖੁੱਲੀ ਬਹਿਸ ਦੇ ਚੈਲੰਜ ਦਾ ਅਕਾਲੀ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋੜਵਾ ਜਵਾਬ ਦਿੱਤਾ। ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਨੂੰ ਚੁਣੌਤੀਆਂ ਦੇਣ ਦੀ ਥਾਂ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਨੇ। ਉਹਨਾਂ ਕਾਂਗਰਸ ਵੱਲੋਂ ਵਾਈਟ ਪੇਪਰ ਜਾਰੀ ਕਰਨ ਤੇ ਚੁਟਕੀ ਲੈਂਦਿਆਂ ਵਿਕਾਸ ਪੇਪਰ ਵੀ ਜਾਰੀ ਕਰਨ ਦੀ ਗੱਲ ਕਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਨ ਦੇ ਦੋਸ਼ ਲਗਾਏ ਨੇ। ਇਹ ਨਹੀਂ ਦੱਸ ਰਹੇ ਨਵਜੋਤ ਸਿੱਧੂ ਜੀ ਅਸੀਂ ਕੀ ਕਰਨਾ, ਦੋ ਮਹੀਨਿਆਂ ਦੇ ਵਿੱਚ ਅੱਜ ਇੱਕ ਗੱਲ ਵੀ ਨਹੀਂ ਨਵਜੋਤ ਸਿੱਧੂ ਜੀ ਗਿਣਾ ਸਕੇ ਵੀ ਅੱਜ ਉਹਨਾਂ ਦੀ ਸਰਕਾਰ ਕੀ ਕਰਨਾ ਚਾਹੁੰਦੀ ਆ, ਕੀ ਪ੍ਰੋਗਰਾਮ ਬਣਾਏ ਨੇ, ਕੀ ਪਲਾਨ ਬਣਾਏ ਨੇ। ਪਿਛਲੀ ਸਰਕਾਰ ਦੇ ਨੁਕਸੇ ਕੱਢੀ ਜਾਣਾ, ਪਿਛਲੀ ਸਰਕਾਰ ਦੀਆਂ ਫੈਲੇ ਹੀ ਫਰੋਲੀ ਜਾਣਾ, ਇਹ ਤਾਂ ਪੰਜਾਬ ਦੇ ਲੋਕਾਂ ਲਈ ਕੋਈ ਲਾਹੇਵੰਦ ਨਹੀਂ ਨਾ ਹੈ।